ਸਪੈਸੀਫਿਕ ਇੱਕ ਇਨਪੁੱਟ ਆਈ ਸੀ ਕਿ ਬਲਵਿੰਦਰ ਸਿੰਘ ਨਾਮੀ ਆਦਮੀ ਵਾਸੀ ਲਾਖਣਾ ਥਾਣਾ ਵਲਟੋਹਾ ਦਾ ਜਿਹੜਾ ਕਿ ਪਾਕਿਸਤਾਨ ਸਮਗਲਰਾਂ ਨਾਲ ਜਿਹੜਾ ਹੈ ਉਹਦਾ ਤਾਲਮੇਲ ਹੈ ਅਤੇ ਉਹਨੇ ਜਿਹੜੀ ਹੈ ਤਾਰੋਂ ਪਾਰ ਜਿਹੜੀ ਹੈ ਲੁਕਾਸ਼ ਪਾ ਕੇ ਹੀਰੋਨ ਦੀ ਜਿਹੜੀ ਕੰਸਾਈਨਮੈਂਟ ਹੈ ਉਹ ਰੱਖੀ ਹੋਈ ਆ ਉਹਦੇ ਇਨਫੋਰਮੇਸ਼ਨ ਦੇ ਆਧਾਰ 'ਤੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਜਿਹੜਾ ਹੈ ਉਹ ਥਾਣਾ SSOC ਅੰਮ੍ਰਿਤਸਰ ਦੇ ਵਿੱਚ ਕੇਸ ਰਜਿਸਟਰ ਕੀਤਾ ਕੇਸ ਰਜਿਸਟਰ ਬਣਾ ਕਰਨ ਤੋਂ ਬਾਅਦ 'ਚ ਸਪੈਸ਼ਲ ਪਾਰਟੀਜ਼ ਬਣਾ ਕੇ ਅੰਡਰ ਦਾ ਸੁਪਰਵੀਜ਼ਨ DSP ਕਿਰਪਾਲ ਸਿੰਘ ਅਤੇ ਸਾਰੀ STF ਅੰਮ੍ਰਿਤਸਰ ਜ਼ੋਨ ਦੇ ਮੇਰੇ 'ਚ ਧਿਆਨ 'ਚ ਲਿਆ ਕੇ ਔਰ ਸਾਰੀ STF ਦੀ ਸਾਂਝੇ ਯਤਨਾਂ ਨਾਲ ਜਿਹੜਾ ਹੈ ਉਹ ਸਾਰਾ ਉਹਨੂੰ ਉਹਦੀ ਘੋਖ ਪੜਤਾਲ ਕਰਕੇ ਅਤੇ ਕੁਲਵੰਤ ਪੋਸਟ ਹੈਗੀ ਆ BOP ਕੁਲਵੰਤ ਪੋਸਟ ਜਿਹੜੀ ਕਿ ਜਿਹਦਾ ਹੈੱਡਕੁਆਟਰ ਫਿਰੋਜ਼ਪੁਰ ਹੈਗਾ ਔਰ ਇਹ ਪਿੰਡ ਹੈਗਾ ਕਿਹਦਾ ਪਿੰਡ ਮੁੱਠਿਆਂ ਵਾਲੇ ਉਹਦੇ ਨਜ਼ਦੀਕ ਹੈ ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਅਤੇ ਉਹਦੇ ਕਰੋਸ ਜਿਹੜੀ ਉਹ ਸਪੈਸੀਫਿਕ ਇਨਪੁੱਟ ਸੀ ਉਹਦੇ ਆਧਾਰ 'ਤੇ BSF ਨੂੰ ਨਾਲ ਲੈ ਕੇ ਅਤੇ ਉੱਥੋਂ 4 ਕਿਲੋ ਦੀ ਜਿਹੜੀ ਕੱਲ੍ਹ ਰਿਕਵਰੀ ਹੋਈ ਆ ਜਿਹਦੇ 'ਚ ਗਾਂ ਜਿਹੜੀ ਉਹ ਇਨਪੁੱਟ ਸੀ ਉਹਨੂੰ ਹੋਰ ਖੰਗਾਲਿਆ ਜਾ ਰਿਹਾ ਇਹਦੇ 'ਚ ਇੱਕ ਬੰਦਾ ਅਤੇ ਬਾਈ ਨੇਮ ਆ ਜਿਹੜਾ ਬਲਵਿੰਦਰ ਸਿੰਘ ਆ ਔਰ ਉਹਦੇ 'ਚ ਹੋਰ ਵੀ ਉਹਦੇ ਨਾਲ ਉਹਦੇ ਐਸੋਸੀਏਟ ਹੋ ਹੈਗੇ ਆ ਜਿਨ੍ਹਾਂ ਦੇ ਅਗਲੇ ਪਿਛਲੇ ਸਾਰੇ ਜਿਹੜੇ ਉਹ ਕੰਟੈਕਟ ਹੈਗੇ ਅਤੇ ਉਹ ਸਾਰਾ ਉਹਨੂੰ ਖੰਗਾਲਿਆ ਜਾ ਰਿਹਾ ਫਿਲਹਾਲ 4 KG ਦੀ ਜਿਹੜੀ ਆ ਉਹ ਰਿਕਵਰੀ ਹੋ ਚੁੱਕੀ ਆ ਔਰ ਇਹਦੇ 'ਚ ਤਫਤੀਸ਼ ਜਿਹੜੀ ਉਹ ਅੱਗੇ ਜਾ ਰਹੀ ਹੈ ਬਲਵਿੰਦਰ ਸਿੰਘ ਅਜੇ ਅਰੈਸਟ ਨਹੀਂ ਹੋਇਆ ਅਰੈਸਟ ਹੋ ਜੂਗਾ ਜਲਦੀ ਟੀਮਾਂ ਉਹਦੇ ਪਿੱਛੇ ਲੱਗੀਆਂ ਹੋਈਆਂ ਨੇ ਜਲਦੀ ਅਰੈਸਟ ਹੋ ਜਾਊਗਾ ਇਟਸ ਅ ਪੁਆਇੰਟ ਆਫ ਇਨਵੈਸਟੀਗੇਸ਼ਨ ਇਸ ਸਟੇਜ 'ਤੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਨੀਸ਼ੀਅਲ ਸਟੇਜ 'ਤੇ ਇਨਵੈਸਟੀਗੇਸ਼ਨ ਆ ਬਿਲਕੁਲ ਅਸੀਂ ਪਿਛਲੇ ਦਿਨੀ ਵੀ ਇਹਦੇ ਸੰਬੰਧ 'ਚ ਕਾਫੀ ਮਸ਼ਹੂਰ ਸਮਗਲਰ ਜਿਹੜੇ ਸੀ ਜਿਨ੍ਹਾਂ 'ਚ ਇੱਕ ਸ਼ੰਮੀ ਗੈਂਗ ਸੀ ਫਿਰੋਜ਼ਪੁਰ ਦਾ ਉਹ ਫੜ ਕੇ ਅੰਦਰ ਭੇਜਿਆ ਸੀ ਜਿਹਦੇ ਕੋਲ ਕਾਫੀ ਰਿਕਵਰੀ ਵੀ ਹੋਈ ਸੀ ਤੁਸੀਂ ਪਿਛਲੇ ਦਿਨੀ ਦੇਖਿਆ ਸੀ ਔਰ ਆਉਣ ਵਾਲੇ ਸਮੇਂ 'ਚ ਵੀ ਇਹ ਸਾਡੀ ਰਡਾਰ 'ਤੇ ਇਹਨਾਂ ਦੇ ਖਿਲਾਫ਼ ਪੂਰਾ ਸਿਕੰਜਾ ਕੱਸਿਆ ਜਾਊਗਾ